ਬੀਤੇ ਦਿਨ ਜਲੰਧਰ ਦੇ IVY ਵਰਲਡ ਸਕੂਲ ਵਿਖੇ ਇੱਕ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਦੀ ਜਾਣਕਾਰੀ IVY ਵਰਲਡ ਸਕੂਲ ਵਿੱਚ ਇੱਕ ਪ੍ਰੈਸ ਵਾਰਤਾ ਕਰਕੇ ਦਿੱਤੀ ਗਈ। ਹਰਭਜਨ ਜੀ ਤੇ ਨਾਲ ਸਾਡੇ ਚੇਅਰਮੈਨ ਸਰ ਮਿਸਟਰ ਸੰਜੀਵ ਕੁਮਾਰ ਵਾਸਲ, ਆਪਾਂ ਹਰਭਜਨ ਜੀ ਦੇ ਫਾਦਰ ਜੀ ਦੇ ਨਾਮ 'ਚ ਇੱਕ ਟੂਰਨਾਮੈਂਟ ਸਟਾਰਟ ਕਰਨ ਜਾ ਰਹੇ ਹਾਂ, ਜਿਸ 'ਚ ਆਪਾਂ ਅੰਡਰ 17 ਟੂਰਨਾਮੈਂਟ ਕਰਵਾ ਰਹੇ ਹਾਂ। ਇਸ ਟੂਰਨਾਮੈਂਟ ਦੀ ਜਾਣਕਾਰੀ ਦਿੰਦਿਆਂ ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਨੇ ਦੱਸਿਆ ਕਿ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ। ਅੱਜ ਅਸੀਂ IVY ਵਰਲਡ ਸਕੂਲ ਜਿਹੜਾ ਜਲੰਧਰ ਦਾ ਬਹੁਤ ਹੀ ਨਾਮਵਰ ਸਕੂਲ ਹੈ, ਉਸ ਦੇ ਚੇਅਰਮੈਨ ਸ਼੍ਰੀ ਸੰਜੀਵ ਵਾਸਲ ਜੀ, ਜੋ ਕਿ ਸਾਡੇ ਨਾਲ ਉਚੇਚੇ ਤੌਰ ਦੇ ਉੱਤੇ, ਔਰ ਅੱਜ ਇੱਥੇ ਹਰਭਜਨ ਕ੍ਰਿਕਟ ਅਕੈਡਮੀ ਦੇ ਨਾਲ ਇਹਨਾਂ ਦਾ ਟਾਈਅਪ ਹੈ। ਸੋ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਕ੍ਰਿਕਟ ਦੇ ਵਿੱਚ ਜਿਹੜੀ ਇਸ ਦੇ ਨਾਲ ਅਪਰਚੁਨਿਟੀਜ਼ ਮਿਲਣਗੀਆਂ, ਔਰ ਖੇਡਾਂ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਜਿਹੜਾ ਹੈ ਵਾਸਲ ਐਜੂਕੇਸ਼ਨ ਸੋਸਾਇਟੀ ਕਰ ਰਹੀ, ਸੋ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸਰ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕਿ ਵਾਸਲ ਐਜੂਕੇਸ਼ਨ ਗਰੁੱਪ ਜਿਹੜਾ ਸਿਰਫ ਪੜ੍ਹਾਈ ਵਿੱਚ ਹੀ ਨਹੀਂ ਬਲਕਿ ਖੇਡਾਂ ਵਿੱਚ ਵੀ ਬਹੁਤ ਅਹਿਮ ਯੋਗਦਾਨ ਪਾ ਰਿਹਾ, ਸੋ ਤੁਸੀਂ ਕ੍ਰਿਕਟ ਦੀ ਜਿਹੜੀ ਟਾਈਅਪ ਕੀਤੀ ਹੈ ਹਰਭਜਨ ਕ੍ਰਿਕਟ ਅਕੈਡਮੀ ਦੇ ਨਾਲ, ਸੋ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕਿ ਇਸ ਨਾਲ ਕਿੱਦਾਂ ਸਟੂਡੈਂਟਸ ਜਿਹੜੇ ਆ ਉਹ ਬੈਨੀਫਿਟ। ਅਸੀਂ ਹਰਭਜਨ ਜੀ ਦੇ ਨਾਲ ਆਪਣੇ ਚਾਰਾਂ ਸਕੂਲਾਂ ਦਾ ਜਿਹੜਾ ਟਾਈਅਪ ਹੈ ਹਰਭਜਨ ਅਕੈਡਮੀ ਦੇ ਨਾਲ ਟਾਈਅਪ ਕੀਤਾ ਹੋਇਆ ਹੈ, ਔਰ ਇਹਦੇ ਨਾਲ ਸਾਡੇ ਜਿਹੜੇ ਸਕੂਲਾਂ ਦੇ ਬੱਚੇ ਹੈ ਉਹਨਾਂ ਨੂੰ ਇੱਕ ਬਹੁਤ ਹੀ ਅੱਛਾ ਪਲੇਟਫਾਰਮ ਅੱਗੇ ਜ਼ਿੰਦਗੀ 'ਚ ਕ੍ਰਿਕਟ ਦੇ ਵਿੱਚ ਵਧਣ ਲਈ ਉਹਨਾਂ ਨੂੰ ਮਿਲ ਰਿਹਾ ਹੈ। ਉਸੇ ਨੂੰ ਹੀ ਮੁੱਖ ਰੱਖਦੇ ਹੋਏ ਅੰਡਰ 17 ਅਸੀਂ ਇੱਕ ਟੂਰਨਾਮੈਂਟ ਇੱਥੇ ਕਰਵਾਉਣ ਜਾ ਰਹੇ ਹਾਂ, ਜਿਹਦੇ 'ਚ ਅਸੀਂ ਬਹੁਤ ਹੀ ਅੱਛੇ ਜਿਹੜਾ ਫਸਟ ਪ੍ਰਾਈਜ਼ 2 ਲੱਖ ਰੁਪਏ ਔਰ ਸੈਕਿੰਡ ਪ੍ਰਾਈਜ਼ ਜਿਹੜਾ 1 ਲੱਖ ਰੁਪਏ ਬੱਚਿਆਂ ਨੂੰ ਮੋਟੀਵੇਸ਼ਨ ਲਈ ਅਸੀਂ ਰੱਖਿਆ ਹੈ। ਨੈਸ਼ਨਲ ਲੈਵਲ ਤੋਂ ਜਿਹੜੀਆਂ ਬਾਕੀ ਵੀ ਜਿਹੜੀਆਂ ਯੁਵਰਾਜ ਅਕੈਡਮੀਜ਼ ਦੀ ਟੀਮ, ਸਹਿਵਾਗ ਜੀ ਦੀ ਟੀਮ, ਆਸ਼ੀਸ਼ ਨਹਿਰਾ ਜੀ ਦੀ ਟੀਮ, ਕਾਫੀ ਜਿਹੜੀਆਂ ਅੱਛੇ ਲੈਵਲ ਦੇ ਬੱਚੇ ਜਿਹੜੇ ਆ ਇੰਡੀਆ ਲੈਵਲ ਦੇ ਆ, ਉਸ ਅਕੈਡਮੀਜ਼ ਤੋਂ ਬੱਚੇ ਇਹ ਟੂਰਨਾਮੈਂਟ ਆ ਰਹੇ ਆ। ਅਤੇ ਮੇਰਾ ਇਹ ਇੱਕ ਨਵੀਂ ਅਸੀਂ ਆਪਣੇ ਵੱਲੋਂ ਆਪਣੇ ਸਕੂਲਾਂ ਵੱਲੋਂ ਇਹ ਸ਼ੁਰੂਆਤ ਕੀਤੀ ਹੈ ਕਿ ਤਾਂ ਕਿ ਬੱਚੇ ਇਸ ਤੋਂ ਮੋਟੀਵੇਟ ਹੋ ਕੇ ਜਿਹੜਾ ਉਹਨਾਂ ਦਾ ਰੁਝਾਨ ਹੈ ਉਹ ਖੇਡਾਂ ਦੇ ਪ੍ਰਤੀ ਹੋਰ ਹੋਵੇ, ਔਰ ਜਿਹੜਾ ਸਾਡੇ ਦੇਸ਼ ਦਾ ਨਾਂ ਹੈ, ਸਾਡੇ ਪੰਜਾਬ ਦਾ ਨਾਂ ਹੈ, ਇਸ ਜਲੰਧਰ ਦਾ ਨਾਂ ਜਿਸ ਤਰ੍ਹਾਂ ਹਰਭਜਨ ਜੀ ਨੇ ਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਇਆ ਹੈ, ਇਹ ਸਾਡੇ ਸਕੂਲਾਂ ਦੇ ਬੱਚੇ ਵੀ ਇਸ ਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਉਣ, ਅਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਇਹ ਸਨ ਸੰਜੀਵ ਵਾਸਲ ਜੀ, ਚੇਅਰਮੈਨ ਵਾਸਲ ਐਜੂਕੇਸ਼ਨ ਗਰੁੱਪ। ਸੋ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਵਿਲੱਖਣ ਉਪਰਾਲਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਇਕੱਲਾ ਅਕੈਡਮਿਕਲੀ ਨਹੀਂ ਬਲਕਿ ਖੇਡਾਂ ਦੇ ਵਿੱਚ ਅੰਤਰਰਾਸ਼ਟਰੀ ਲੈਵਲ ਉੱਤੇ ਲੈ ਕੇ ਜਾਣਾ। ਜਦੋਂ ਅੰਤਰਰਾਸ਼ਟਰੀ ਲੈਵਲ ਦੀ ਗੱਲ ਕਰਦੇ ਹਾਂ ਤਾਂ ਉਹਦੇ ਮਾਪਦੰਡ ਵੀ ਬਹੁਤ ਅਹਿਮ ਹੋ ਜਾਂਦੇ। ਸੋ ਇਹਨਾਂ ਨੇ ਹਰਭਜਨ ਕ੍ਰਿਕਟ ਅਕੈਡਮੀ ਦੇ ਨਾਲ, ਔਰ ਉਹਨਾਂ ਦੇ ਨਾਲ ਹੀ ਨਹੀਂ ਬਲਕਿ ਹੋਰ ਬਹੁਤ ਸਾਰੀਆਂ ਅਕੈਡਮੀਆਂ ਦੇ ਇੱਥੇ ਟੂਰਨਾਮੈਂਟ ਜਿਹੜੇ ਆ ਉਹ ਹੋਣ ਜਾ ਰਹੇ। ਸੋ ਉਹਨਾਂ ਦੇ ਨਾਲ ਵਿਦਿਆਰਥੀਆਂ ਨੂੰ ਵਿੱਚ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇਗਾ ਔਰ ਉਹਨਾਂ ਦਾ ਲੈਵਲ ਜਿਹੜਾ ਬਹੁਤ ਬਿਹਤਰ ਹੋਏਗਾ। ਸੋ ਆਸ ਕਰਦੇ ਹਾਂ ਕਿ ਇਹਨਾਂ ਇੰਸਟੀਟਿਊਸ਼ਨ ਦੇ ਬੱਚੇ ਜਿਹੜੇ ਆ ਦੇਸ਼ ਦੇ ਔਰ ਅੰਤਰਰਾਸ਼ਟਰੀ ਲੈਵਲ ਉੱਤੇ ਬਿਹਤਰ ਕਰਨਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇਸ ਮੌਕੇ ਸਾਡੀ ਟੀਮ ਵੱਲੋਂ ਇੰਟਰਨੈਸ਼ਨਲ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੇ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ। ਦੋਸਤੋ, ਅੱਜ ਸਾਡੇ ਬਹੁਤ ਹੀ ਪ੍ਰਾਊਡ ਮੂਮੈਂਟ ਹੈ ਕਿ ਪੰਜਾਬ ਦੇ ਲੀਜੈਂਡਰੀ ਕ੍ਰਿਕਟਰ ਅੰਤਰਰਾਸ਼ਟਰੀ ਲੈਵਲ 'ਤੇ ਜਿਹਨਾਂ ਨੇ ਖਿਆਤੀ ਪ੍ਰਾਪਤ ਕੀਤੀ ਹੈ, ਮੇਰੀ ਮੁਰਾਦ ਸਰਦਾਰ ਹਰਭਜਨ ਸਿੰਘ ਦੀ, ਪਾਪੂਲਰਲੀ ਨੋਨ ਐਜ਼ ਭੱਜੀ, ਸਾਡੇ ਨਾਲ ਨੇ, ਔਰ IVY ਵਰਲਡ ਸਕੂਲ ਜਿਹੜਾ ਹੈ ਇਸ ਦੇ ਵਿੱਚ ਇੱਕ ਯਾਦਗਾਰੀ ਜਿਹੜਾ ਕ੍ਰਿਕਟ ਟੂਰਨਾਮੈਂਟ ਹੈ ਆਪਣੇ ਫਾਦਰ ਸਾਹਿਬ ਦੀ ਯਾਦ ਵਿੱਚ ਕਰਵਾ ਰਹੇ ਹੈ। ਸੋ ਕਿਸ ਤਰੀਕੇ ਦਾ ਈਵੈਂਟ ਹੋਣ ਜਾ ਰਿਹਾ, ਸੋ ਉਹਦੇ ਬਾਰੇ ਸਾਰੀ ਇਹਨਾਂ ਨੂੰ ਚਰਚਾ ਕਰਦੇ, ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਜੀ। ਸਰ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਕ੍ਰਿਕਟ ਨੂੰ ਬਦਲਦੇ ਹੋਏ ਦੌਰ 'ਚ ਦੇਖਿਆ ਹੋਇਆ, ਸੋ ਇੱਕ ਕ੍ਰਿਕਟ ਜਿਹੜਾ ਹੈ ਬਲੈਕ ਐਂਡ ਵਾਈਟ ਤੋਂ IPL ਦੇ ਚੱਕਾ ਚੌਂਹ ਤੱਕ ਦੇਖਿਆ, ਸੋ ਇਹ ਜਿਹੜਾ ਬਦਲਾਅ ਤੁਸੀਂ ਇਸ ਨੂੰ ਅਗਰ ਡਿਫਾਈਨ ਕਰਨਾ ਆਪਣੇ ਸ਼ਬਦਾਂ 'ਚ ਕਿੱਦਾਂ ਦੇਖਦੇ ਹੋ ਸਰ? ਦੇਖੋ, ਕ੍ਰਿਕਟ ਇਸ ਦੇਸ਼ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਰਿਲੀਜਨ ਆ, ਇੱਕ ਉਹ ਜਿਸ ਤਰ੍ਹਾਂ ਅਸੀਂ ਪੂਜਦੇ ਹਾਂ ਜੀ, ਉਸੇ ਤਰੀਕੇ ਇਸ ਗੇਮ ਨੂੰ ਵੀ ਪੂਜਿਆ ਜਾਂਦਾ, ਔਰ ਇਸ ਗੇਮ ਨੂੰ ਹਰ ਇੱਕ ਬੱਚਾ, ਹਰ ਇੱਕ ਪਰਿਵਾਰ ਦਾ ਮੈਂਬਰ ਜੋ ਹੈ ਉਹ ਪਿਆਰ ਕਰਦਾ, ਔਰ ਅਸੀਂ ਰੱਬ ਨੂੰ ਸਾਰੇ ਪਿਆਰ ਕਰਦੇ ਹਾਂ, ਪਿਆਰ ਰੱਬ ਤੋਂ ਬਾਅਦ ਮੈਂ ਦੇਖਿਆ ਕਿਸੇ ਗੇਮ ਨੂੰ ਅਗਰ ਕੋਈ ਇਸ ਕੰਟਰੀ 'ਚ ਪਿਆਰ ਕਰਦਾ ਤਾਂ ਉਹ ਕ੍ਰਿਕਟ ਹੈ। ਜੋ ਕਿ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਂ ਕ੍ਰਿਕਟ ਦੇ ਵਿੱਚ ਮੈਂ ਆਪਣਾ ਨਾਮ ਉਹ ਬਣਾ ਸਕਿਆ ਜਿਹੜਾ ਮੈਂ ਬਣਾਉਣਾ ਚਾਹੁੰਦਾ ਸੀ, ਔਰ ਕਿਤੇ ਨਾ ਕਿਤੇ ਮੈਂ ਸ਼ੁਕਰਾਨਾ ਕਰਨਾ ਚਾਹਾਂਗਾ ਆਪਣੇ ਘਰਦਿਆਂ ਦਾ, ਮੇਰੇ ਦੋਸਤਾਂ ਦਾ, ਮੇਰੇ ਜਿੰਨੇ ਵੀ ਮੇਰੇ ਕਲੋਜ਼ ਲੋਕ ਸੀ ਜਿਨ੍ਹਾਂ ਨੇ ਮੈਨੂੰ ਕ੍ਰਿਕਟ ਖੇਡਣ ਲਈ ਹਮੇਸ਼ਾ ਜੋ ਹੈ ਉਹ ਪ੍ਰਮੋਟ ਕੀਤਾ ਕਿ ਨਹੀਂ ਤੂੰ ਕ੍ਰਿਕਟ ਖੇਡਣੀ ਤੈਨੂੰ ਚਾਹੀਦੀ ਹੈ, ਉਹ ਤੇਰੇ ਕੋਲ ਟੈਲੈਂਟ ਹੈ ਔਰ ਤੂੰ ਅੱਗੇ ਵੱਧ ਸਕਦਾ। ਤੋ ਮੇਰੇ ਫੈਮਿਲੀ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ, ਉਹਨਾਂ ਦਾ ਬਹੁਤ ਵੱਡਾ ਹੱਥ ਹੈ, ਔਰ ਕ੍ਰਿਕਟ ਨੇ ਓਬਵੀਅਸਲੀ ਮੈਂ ਦੇਖ ਰਿਹਾ ਸੀ ਉਹ ਟਾਈਮ ਜੋ ਕਪਿਲ ਭਾਜੀ ਜਦੋਂ ਵਰਲਡ ਕੱਪ ਜਿੱਤੇ ਸੀ 1983 ਉਸ
ਪਿਕਚਰ ਨੂੰ ਅਸੀਂ ਜਦੋਂ ਜ਼ਹਿਨ ਦੇ ਵਿੱਚ ਲੈ ਕੇ ਚੱਲਦੇ ਹਾਂ ਔਰ ਅੱਗੇ ਦੇਖਦੇ ਹਾਂ ਕਿ ਉੱਥੋਂ ਕ੍ਰਿਕਟ ਹੋਰ ਜ਼ਿਆਦਾ ਹੈ ਜੋ ਵੱਧਦਾ ਹੀ ਗਿਆ ਔਰ ਜਦੋਂ ਜਦੋਂ ਤੁਸੀਂ ਟੂਰਨਾਮੈਂਟ ਜਿੱਤਦੇ ਹੋ ਵਰਲਡ ਕੱਪ ਅਗਰ ਇੰਡੀਆ ਜਿੱਤਦੀ ਹੈ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਤੁਸੀਂ ਇੰਸਪਾਇਰ ਕਰਦੇ ਹੋ ਉਹ ਗੇਮ ਖੇਡਣ ਲਈ ਔਰ ਕਿਤੇ ਨਾ ਕਿਤੇ ਜਦੋਂ ਮੈਂ ਛੋਟਾ ਸੀ ਮੈਂ ਉਹ ਤਸਵੀਰ ਦੇਖਦਾ ਹੁੰਦਾ ਸੀ ਕਿ ਕਿਸੇ ਦਿਨ ਇਹ ਵੀ ਦਿਨ ਆਏਗਾ ਕਿ ਜਿਸ ਦਿਨ ਅਸੀਂ ਵਰਲਡ ਕੱਪ ਜਿੱਤਾਂਗੇ ਔਰ ਮੈਂ ਇੰਡੀਅਨ ਟੀਮ ਲਈ ਕ੍ਰਿਕਟ ਖੇਡਾਂਗਾ ਔਰ ਮੈਂ ਕਪਿਲ ਦੇਵ ਵਰਗਾ ਬਣਾਂਗਾ ਔਰ ਉਹ ਦਿਨ ਮੇਰੀ ਜ਼ਿੰਦਗੀ ਦੇ ਵਿੱਚ 2007 ਦੇ ਵਿੱਚ ਆਇਆ ਜਦੋਂ ਅਸੀਂ ਪਹਿਲਾਂ T20 ਵਰਲਡ ਕੱਪ ਜਿੱਤਿਆ ਸਾਊਥ ਅਫਰੀਕਾ ਦੇ ਵਿੱਚ ਆਈ ਫੈਲਟ ਸੋ ਪ੍ਰਾਊਡ ਕਿ ਅੱਜ ਅਸੀਂ ਵਾਕਈ ਕੰਟਰੀ ਲਈ ਕੁਛ ਕੀਤਾ ਔਰ ਉਸ ਤੋਂ ਬਾਅਦ 2011 ਵਾਲਾ ਵਰਲਡ ਕੱਪ ਜੋ ਇੰਡੀਆ ਦੇ ਵਿੱਚ ਹੋਇਆ ਸੀ ਉਹ ਅਸੀਂ ਜਿੱਤਿਆ ਔਰ ਆਈ ਫੈਲਟ ਯੂ ਨੋ ਕਿ ਗੋਡ ਹੈਜ਼ ਬੀਨ ਰੀਲੀ ਕਾਇੰਡ ਔਨ ਮੀ ਟੂ ਗਿਵ ਮੀ ਵਟ ਐਵਰ ਆਈ ਹੈਵ ਆਸਕਡ ਫੋਰ ਸੋ ਫਾਰ ਕਿ ਮੈਨੂੰ ਮੈਂ ਬੜਾ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਬੜੇ ਲੋਕ ਬੜੇ ਬੜੇ ਵੱਡੇ ਨਾਮ ਵਾਲੇ ਜੋ ਹੈ ਉਹ ਕ੍ਰਿਕਟ ਖੇਡ ਕੇ ਚਲੇ ਜਾਂਦੇ ਬਟ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਵਰਲਡ ਕੱਪ ਵਾਲੀ ਉਹ ਚੀਜ਼ ਆਉਂਦੀ ਨਹੀਂ ਹੈ ਕਿ ਵਰਲਡ ਕੱਪ ਜਿੱਤ ਨਹੀਂ ਪਾਏ ਔਰ ਕਿਤੇ ਨਾ ਕਿਤੇ ਉਹ ਜ਼ਰੂਰ ਉਹਨਾਂ ਦੇ ਦਿਲ 'ਚ ਰਹਿ ਜਾਂਦਾ ਕਿ ਉਹ ਜਿੱਤਣਾ ਚਾਹੀਦਾ ਸੀ ਮੇਰੇ ਕੈਰੀਅਰ ਦੇ ਵਿੱਚ ਇੱਕ ਮੇਰਾ ਮਾਈਲ ਸਟਾਊਨ ਹੋਣਾ ਸੀ ਔਰ ਕ੍ਰਿਕਟ ਓਵਰ ਦਾ ਈਅਰਸ ਹੈਜ਼ ਚੇਂਜਡ ਫੋਰ ਗੁੱਡ ਮੈਂ ਦੇਖਦਾ ਹੁਣ IPL ਅਗਰ ਹੋ ਰਹੀ ਆ IPL ਦਾ ਦੌਰ ਜਿਹੜਾ ਹੈਗਾ ਇਹ ਕ੍ਰਿਕਟ ਦੇ ਵਿੱਚ ਸਿਰਫ ਇੱਕ ਖਿਲਾੜੀਆਂ ਲਈ ਹੀ ਨਹੀਂ ਜੋ ਪੁਰਾਣੇ ਖਿਲਾੜੀ ਉਹਨਾਂ ਲਈ ਵੀ ਇੱਕ ਨਵੀਂ ਓਪਰਚੁਨਿਟੀਜ਼ ਕ੍ਰੀਏਟ ਕਰ ਰਿਹਾ ਜੋਬਸ ਇੰਨੀਆਂ ਕ੍ਰੀਏਟ ਹੁੰਦੀਆਂ ਔਰ ਕੋਚਿਸ ਜੋ ਹੈ ਉਹ ਵਾਲੀਆਂ ਜੋਬ ਓਪਨ ਹੁੰਦੀਆਂ ਉਹਦੇ ਨਾਲ ਨਾਲ ਲੱਗਦੇ ਕ੍ਰਿਕਟ ਦੇ ਹੋਰ ਕਮੈਂਟੇਟਿੰਗ ਜਿੰਨੇ ਬੰਦੇ ਕਰ ਰਹੇ ਆ ਉਹ ਸਾਰਿਆਂ ਦੀ ਜੋਬ ਕ੍ਰੀਏਟ ਹੋ ਰਹੀ ਅਤੇ ਓਬਵੀਅਸਲੀ ਕ੍ਰਿਕਟ ਇਜ਼ ਨੋਟ ਜਸਟ ਅ ਗੇਮ ਇਟਸ ਮਾਈ ਲਾਈਫ ਇਟਸ ਮੈਨੀ ਪੀਪਲਸ ਲਾਈਫ ਹੂ ਆਰ ਯੂ ਨੋ ਲਿਵਿੰਗ ਦ ਸਟ੍ਰੀਮ ਕਿ ਮੈਂ ਤਾਂ ਕਹਾਂਗਾ ਕਿ ਇੱਕ ਸੁਪਨੇ ਵਾਂਗ ਹੀ ਹੈ ਜ਼ਿੰਦਗੀ ਜੋ ਜਿਸ ਤਰ੍ਹਾਂ ਕਦੀ ਸੋਚਿਆ ਨਹੀਂ ਸੀ ਉਸ ਤੋਂ ਵੱਧ ਇਸ ਗੇਮ ਨੇ ਸਾਨੂੰ ਦਿੱਤਾ ਔਰ ਜਿੰਨਾ ਇਸ ਗੇਮ ਦਾ ਸ਼ੁਕਰੀਆ ਅਦਾ ਕਰਾਂਗੇ ਉਹ ਘੱਟ ਹੋਏਗਾ ਜੀ ਸੋ ਡ੍ਰੀਮ ਕਮ ਟਰੂ ਕ੍ਰਿਕਟ ਦੇ ਵਿੱਚ ਅਗਰ ਗੱਲ ਕਰੀਏ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨਾ ਸੋ ਲੀਜੈਂਡਰੀ ਕ੍ਰਿਕਟਰ ਹਰਭਜਨ ਸਿੰਘ ਉਸ ਟੀਮ ਦਾ ਹਿੱਸਾ ਰਿਹਾ ਔਰ ਇਹਨਾਂ ਨੇ ਵਰਲਡ ਕੱਪ ਵੀ ਜਿੱਤਿਆ ਔਰ ਉਹ ਜਿਹੜਾ ਸੁਪਨਾ ਉਸਨੂੰ ਜੀਆ ਵੀ ਕ੍ਰਿਕਟ ਦੇ ਬਦਲਦੇ ਹੋਏ ਦੌਰ ਨੂੰ ਵੀ ਦੇਖਿਆ ਸੋ ਅੱਜ ਅਗਰ ਗੱਲ ਕਰੀਏ ਹਰਭਜਨ ਜੀ ਤੁਸੀਂ ਜਲੰਧਰ ਦੇ ਵਿੱਚ ਅਕੈਡਮੀ ਵੀ ਚਲਾ ਰਹੇ ਹੋ ਔਰ IVY ਵਰਲਡ ਸਕੂਲ ਜਾਂ ਵਾਸਲ ਐਜੂਕੇਸ਼ਨ ਗਰੁੱਪ ਦੇ ਨਾਲ ਤੁਸੀਂ ਟਾਈ ਅਪ ਕੀਤਾ ਹੈ ਬੱਚਿਆਂ ਨੂੰ ਫਰਦਰ ਕ੍ਰਿਕਟ ਵਾਸਤੇ ਪ੍ਰਮੋਟ ਕਰਨਾ ਔਰ ਬੱਚਿਆਂ ਨੂੰ ਪ੍ਰੇਰਿਤ ਕਰਨਾ ਔਰ ਉਹਨਾਂ ਨੂੰ ਇੱਕ ਦਿਸ਼ਾ ਦੇਣੀ ਸੋ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹੋ ਸੋ ਇਹ ਟਾਈ ਅਪ ਕਿਸ ਤਰ੍ਹਾਂ ਦਾ ਹੈ ਔਰ ਕਿਸ ਤਰੀਕੇ ਨਾਲ ਬੱਚਿਆਂ ਨੂੰ ਇਹ 'ਚ ਅਪਰਚੁਨਿਟੀਜ਼ ਮਿਲਣਗੀਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਨਾ ਚਾਹਾਂਗਾ IVY ਵਰਲਡ ਸਕੂਲ ਦੇ ਜੋ ਮੇਨ ਜੋ ਚਲਾਉਣ ਵਾਲੇ ਉਹਨਾਂ ਦਾ ਸੰਜੀਵ ਵਾਸਲ ਸਾਹਿਬ ਦਾ ਕਿ ਜੋ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਤੋਂ ਬਿਨਾਂ ਜੋ ਸਾਡੀ ਜੋ ਮੁਹਿੰਮ ਹੈ ਜੋ ਅਸੀਂ ਇਹ ਸ਼ੁਰੂ ਕਰ ਰਹੇ ਹਾਂ ਕਿ ਛੋਟੇ ਬੱਚਿਆਂ ਲਈ ਜੋ ਟੂਰਨਾਮੈਂਟ ਅਸੀਂ ਕਰਵਾਉਣ ਜਾ ਰਹੇ ਹਾਂ ਮੇਰੇ ਡੈਡ ਦੀ ਯਾਦ ਦੇ ਵਿੱਚ ਉਹ ਪੋਸੀਬਲ ਹੁੰਦਾ ਕਿਉਂਕਿ ਯੂ ਨੀਡ ਸਮ ਪੀਪਲ ਅਰਾਊਂਡ ਯੂ ਟੂ ਗਿਵ ਯੂ ਦੈਟ ਪੁਸ਼ ਟੂ ਡੂ ਸਮਥਿੰਗ ਟੂ ਅਚੀਵ ਸਮਥਿੰਗ ਇਨ ਲਾਈਫ ਐਂਡ ਸੰਜੀਵ ਵਾਸਲ ਜੀ ਦੀ ਇਹ ਖਾਸੀਅਤ ਹੈ ਕਿ ਉਹ ਜਦੋਂ ਮੈਨੂੰ ਮਿਲਦੇ ਨੇ ਉਹ ਹਮੇਸ਼ਾ ਇਹ ਕਹਿੰਦੇ ਕਿ ਬੱਚਿਆਂ ਲਈ ਕੁਛ ਕਰੀਏ ਕੁਛ ਸਪੋਰਟਸ ਨੂੰ ਲਈ ਕੁਛ ਕਰੀਏ ਕੁਛ ਨਾ ਕੁਛ ਜ਼ਰੂਰ ਕਰੀਏ ਔਰ ਸਾਨੂੰ ਤੁਹਾਡਾ ਟਾਈਮ ਚਾਹੀਦਾ ਔਰ ਮੇਰੇ ਕੋਲ ਉਨਾ ਟਾਈਮ ਹੁੰਦਾ ਨਹੀਂ ਸੀਗਾ ਕਿ ਮੈਂ ਲਗਾਤਾਰ ਟਾਈਮ ਦੇ ਸਕਾਂ ਜਾਂ ਉਹ ਬਟ ਉਹਨਾਂ ਦੀ ਹਮੇਸ਼ਾ ਇੱਕ ਇਹ ਚੀਜ਼ ਰਹਿੰਦੀ ਸੀ ਕਿ ਉਹ ਬਿਜ਼ਨਸਿਸ ਤਾਂ ਆਪਣੇ ਕਰ ਹੀ ਰਹੇ ਆ ਬਟ ਉਸ ਤੋਂ ਇਲਾਵਾ ਬੱਚਿਆਂ ਲਈ ਕੁਛ ਕਰ ਜਾਣਾ ਜਾਂ ਕੁਛ ਕਰਨ ਦੀ ਇੱਕ ਲਾਲਸਾ ਰੱਖਣੀ ਜਾਂ ਸੋਚਣਾ ਇੱਕ ਬੜੀ ਵੱਡੀ ਗੱਲ ਆ ਔਰ ਵਾਸਲ ਸਾਹਿਬ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਬੜੀ ਅੱਛੀ ਸੋਚ ਦੇ ਨਾਲ ਅਸੀਂ ਇੱਕ ਅਕੈਡਮੀ ਖੋਲ੍ਹੀ ਇਹਨਾਂ ਦੇ ਸਕੂਲ ਦੇ ਵਿੱਚ ਉਸ ਅਕੈਡਮੀ ਤੋਂ ਬਾਅਦ ਅਸੀਂ ਦਸੂਆ ਦੇ ਵਿੱਚ ਇਹਨਾਂ ਦੇ ਸਕੂਲ ਦੇ ਵਿੱਚ ਇੱਕ ਅਕੈਡਮੀ ਖੋਲ੍ਹੀ ਔਰ ਇਸੇ ਸੋਚ ਨੂੰ ਲੈ ਕੇ ਕਿ ਅਸੀਂ ਬੱਚਿਆਂ ਲਈ ਕੁਛ ਕਰੀਏ ਔਰ ਅੱਜ ਅਸੀਂ ਇਹ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਜਿਹਦੇ ਵਿੱਚ ਕਿ ਮਹਿੰਦਰ ਸਿੰਘ ਧੋਨੀ ਦੀ ਅਕੈਡਮੀ ਦੀ ਟੀਮ ਆ ਰਹੀ ਆ ਵਰਿੰਦਰ ਸਹਿਵਾਗ ਦੀ ਅਕੈਡਮੀ ਦੀ ਟੀਮ ਆ ਰਹੀ ਆ ਆਸ਼ਿਸ਼ ਨਹਿਰਾ ਦੀ ਅਕੈਡਮੀ ਦੀ ਟੀਮ ਆ ਰਹੀ ਯੁਵਰਾਜ ਦੀ ਅਕੈਡਮੀ ਦੀ ਰਤਿੰਦਰ ਸੋਢੀ ਜੋ ਮੇਰੇ ਨਾਲ ਕਲੀਗ ਮੇਰੇ ਖੇਡੇ ਹੋਏ ਉਹਨਾਂ ਸਾਰਿਆਂ ਦੀ ਅਕੈਡਮੀ ਦੀਆਂ ਟੀਮ ਆ ਰਹੀ ਤਾਂ ਕਿ ਬੱਚੇ ਉੱਥੋਂ ਆ ਕੇ ਇੱਥੇ ਖੇਡ ਸਕਣ ਔਰ ਜਿੰਨਾ ਇੱਥੇ ਆ ਕੇ ਉਹਨਾਂ ਦਾ ਰਹਿਣ ਦਾ ਖਾਣ ਪੀਣ ਦਾ ਸਭ ਕੁਝ ਦਾ ਪ੍ਰਬੰਧ ਜੋ ਹੈ ਉਹ ਵਾਸਲ ਐਜੂਕੇਸ਼ਨ ਟਰੱਸਟ ਨੇ ਕੀਤਾ ਹੈ ਔਰ ਯੂ ਨੋ ਕਿ ਐਜ਼ ਆਈ ਸੈਡ ਕਿ ਯੂ ਨੀਡ ਪੀਪਲ ਲਾਈਕ ਯੂ ਨੋ ਹਿਮ ਟੂ ਕਮ ਫੋਰਵਰਡ ਐਂਡ ਪ੍ਰਮੋਟ ਦ ਗੇਮ ਐਂਡ ਆਲਸੋ ਗਿਵ ਦ ਰਾਈਟ ਇਨਫਰਾਸਟਰਕਚਰ ਟੂ ਆਲ ਦ ਪਲੇਅਰਸ ਦੇ ਲੁਕਿੰਗ ਟੂ ਅਚੀਵ ਦੇਅਰ ਡਰੀਮਸ ਸੋ ਬਾਕੀ ਇਸ ਇੱਕ ਛੋਟੀ ਜਿਹੀ ਮੁਹਿੰਮ ਸਾਡੇ ਵੱਲੋਂ ਹੈ ਵਾਸਲ ਸਾਹਿਬ ਵੱਲੋਂ ਆ ਬੜਾ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਇਹ ਟੂਰਨਾਮੈਂਟ ਕਰਾਇਆ ਜਾਵੇ ਔਰ ਉਹਨੂੰ ਹਰ ਸਾਲ ਕਰਾਇਆ ਜਾਵੇ ਔਰ ਬੈਟਰ ਤੋਂ ਬੈਟਰ ਕਰਦੇ ਜਾਈਏ ਜੀ
ਸੋ ਟੂਰਨਾਮੈਂਟਸ ਜਿਹੜੇ ਹੈ ਖਿਡਾਰੀਆਂ ਨੂੰ ਨਿਖਾਰਦੇ ਨੇ, ਸੋ ਇਸ ਦੇ ਵਿੱਚ ਮਹੱਤਵਪੂਰਨ ਜਿਹੜਾ ਹੈ ਇੱਕ ਕਦਮ ਜਿਹੜਾ ਹੈ ਇਸ ਟੂਰਨਾਮੈਂਟ ਦੇ ਰੂਪ 'ਚ ਦੇਖਣ ਨੂੰ ਮਿਲਿਆ, ਜਿਸ 'ਚ ਅੰਤਰਰਾਸ਼ਟਰੀ ਲੈਵਲ ਦੀਆਂ ਜਿਹੜੀਆਂ ਸਾਡੇ ਦੇਸ਼ ਦੀਆਂ ਕ੍ਰਿਕਟ ਅਕੈਡਮੀਜ਼ ਔਰ ਭਾਰਤ ਦੇ ਜਿਹੜੇ ਨਾਮਵਰ ਅੰਤਰਰਾਸ਼ਟਰੀ ਖਿਡਾਰੀ ਉਹਨਾਂ ਦੀਆਂ ਅਕੈਡਮੀਜ਼ ਇੱਥੇ ਪਾਰਟੀਸਪੇਟ ਕਰ ਰਹੀਆਂ ਔਰ ਉਹਨਾਂ ਦੇ ਬੱਚੇ ਜਿਹੜੇ ਆ ਉਹ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਔਰ ਉਸ ਦੇ ਨਾਲ ਮਹੱਤਵਪੂਰਨ ਜਿਹੜਾ ਇੱਥੋਂ ਦਾ ਇਨਵਾਇਰਮੈਂਟ, ਇੱਥੋਂ ਦਾ ਜਿਹੜਾ ਬੱਚੇ ਪੜ੍ਹ ਰਹੇ ਆ ਉਹਨਾਂ ਨੂੰ ਇੱਕ ਮੋਟੀਵੇਸ਼ਨ, ਪ੍ਰੇਰਨਾ ਮਿਲੇਗੀ ਕਿ ਉਹ ਵੀ ਦੇਸ਼ ਦੇ ਵਾਸਤੇ ਕ੍ਰਿਕਟ ਇਸੇ ਤਰੀਕੇ ਨਾਲ ਲਾਈਕ ਹਰਭਜਨ ਸਿੰਘ ਆਪਣੇ ਦੇਸ਼ ਵਾਸਤੇ ਖੇਡ ਸਕਦੇ ਔਰ ਇਹ ਸੁਪਨਾ ਜਿਹੜਾ ਉਸ ਨੂੰ ਜੀਤ ਸਕਦੇ। ਸਰ, ਸਾਡੇ ਦੇਸ਼ ਦੇ ਫਿਊਚਰ ਖਿਡਾਰੀਆਂ ਨੂੰ ਜਿੰਨੇ ਬੱਚੇ ਪੜ੍ਹ ਰਹੇ ਆ ਸਕੂਲ ਦੇ ਵਿੱਚ ਔਰ ਇਹ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਉਹ ਵੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਆਪਣਾ ਰੋਲ ਮਾਡਲ ਸਮਝਦੇ ਔਰ ਉਸ ਨੂੰ ਜੀਤ ਸਕਣ? ਮੈਂ ਜਿੰਨੇ ਵੀ ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਆ ਜਾਂ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ, ਸਿਰਫ ਇੱਕ ਹੀ ਕਹਾਂਗੇ ਕਿ ਜ਼ਿੰਦਗੀ ਦੇ ਵਿੱਚ ਸਭ ਕੁਛ ਹਾਸਿਲ ਹੋ ਸਕਦਾ ਅਗਰ ਤੁਸੀਂ ਹਾਸਿਲ ਕਰਨਾ ਚਾਹੋ, ਔਰ ਉਸ ਲਈ ਸਭ ਤੋਂ ਪਹਿਲਾਂ ਤਾਂ ਸੋਚ ਬੜੀ ਜ਼ਰੂਰੀ ਹੈ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਔਰ ਅਗਰ ਤੁਹਾਡੀ ਸੋਚ ਜਿਹੜੀ ਆ ਉਹ ਪੱਕੀ ਹੈ ਫਿਰ ਉਹਦੇ ਪਿੱਛੇ ਮੋਟਿਵ ਹੋਣਾ ਚਾਹੀਦਾ, ਮਿਹਨਤ ਹੋਣੀ ਚਾਹੀਦੀ, ਔਰ ਜਿਹੜਾ ਬੰਦਾ ਮਿਹਨਤ ਕਰਦਾ ਉਹ ਰੱਬ ਵੀ ਉਹਨੂੰ ਆ ਕੇ ਉਹਦੀ ਥਾਲੀ ਦੇ ਵਿੱਚ ਖਾਣਾ ਦੇ ਦਿੰਦਾ। ਔਰ ਜਸਟ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਮਿਹਨਤ ਤੋਂ ਕਦੀ ਦੂਰ ਨਹੀਂ ਦੌੜਨਾ, ਜਿਹੜਾ ਸ਼ੋਰਟਕੱਟਸ ਨਹੀਂ ਲੈਣੇ ਲਾਈਫ ਦੇ ਵਿੱਚ, ਅਤੇ ਹਮੇਸ਼ਾ ਰੱਬ ਨੂੰ ਯਾਦ ਰੱਖ ਕੇ ਹਲੀਮੀ 'ਚ ਰਹਿ ਕੇ ਮਿਹਨਤ ਕਰਦੇ ਜਾਓ, ਬਾਕੀ ਬਾਬਾ ਦੇਣ ਲਈ ਬੈਠਾ ਹੀ ਹੈਗਾ। ਅੱਗੇ ਵੱਧਦੇ ਰਹੋ, ਔਰ ਜਿਹੜਾ ਕੋਈ ਤੁਹਾਡੇ ਨਾਲ ਖਰਾਬ ਸਾਥੀ ਹੈ ਉਹਨੂੰ ਵੀ ਅੱਗੇ ਵਧਾਉਣ ਲਈ ਕੋਸ਼ਿਸ਼ ਕਰੋ ਕਿ ਉਹਨੂੰ ਵੀ ਸਪੋਰਟਸ ਦੇ ਵਿੱਚ ਜੋੜੋ ਜਾਂ ਹੋਰ ਚੀਜ਼ਾਂ ਦੇ ਵਿੱਚ ਜੋੜੋ, ਕਿਉਂਕਿ ਇਹ ਇੰਟਰਨੈਟ ਵਰਲਡ ਜਿਹੜਾ ਹੈਗਾ ਨਾ ਇਹਨੇ ਬੜਾ ਕੁਛ ਖਰਾਬ ਕਰ ਦਿੱਤਾ। ਔਰ ਮੈਂ ਦੇਖਦਾ ਪੰਜਾਬ ਦਾ ਜੋ ਯੂਥ ਹੈ ਉਹ ਘਰ ਤੋਂ ਬਾਹਰ ਆ ਕੇ ਕ੍ਰਿਕਟ ਨਹੀਂ ਖੇਡਦਾ ਜਾਂ ਫੁੱਟਬਾਲ ਨਹੀਂ ਖੇਡਦਾ ਜਾਂ ਹੋਕੀ ਨਹੀਂ ਖੇਡਦਾ। ਸਾਰੇ ਬੱਚਿਆਂ ਨੂੰ ਇੱਕ ਹੀ ਮੈਂ ਕਹਾਂਗਾ ਕਿ ਘਰ ਤੋਂ ਬਾਹਰ ਨਿਕਲੋ, ਸਪੋਰਟਸ ਖੇਲੋ, ਸਪੋਰਟਸ ਵਿਲ ਕੀਪ ਯੂ ਯੰਗ, ਕੀਪ ਯੂ ਹੈਲਦੀ, ਐਂਡ ਹੈਲਦੀ ਬੰਦੇ ਦਾ ਜਿਹੜਾ ਦਿਮਾਗ ਆ ਉਹ ਬੜਾ ਅੱਛਾ ਚੱਲਦਾ। ਸੋ ਦੇਰ ਇਜ਼ ਲੋਟ ਟੂ ਅਚੀਵ, ਐਵਰੀਥਿੰਗ ਟੂ ਅਚੀਵ, ਸੋ ਜਸਟ ਗੋ ਆਊਟ ਦੇਅਰ ਐਂਡ ਫੁਲਫਿਲ ਯੋਰ ਡ੍ਰੀਮਸ। ਮੇ ਗੋਡ ਬੀ ਵਿਦ ਯੂ, ਲੋਟਸ ਆਫ ਲਵ ਫਰੋਮ ਮਾਈ ਸਾਈਡ। ਇਹ ਟੂਰਨਾਮੈਂਟ ਨਾ ਸਿਰਫ ਜਲੰਧਰ ਬਲਕਿ ਦੇਸ਼ ਵਿੱਚ ਯਾਦਗਾਰੀ ਹੋਣੀ ਪੜਿਆ। ਇਸ ਦਾ ਫਾਈਨਲ ਮੈਚ ਫਗਵਾੜਾ ਅਤੇ ਨਹਿਰਾ ਅਕੈਡਮੀ ਦੇ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਨਹਿਰਾ ਅਕੈਡਮੀ ਦੀ ਟੀਮ ਜੇਤੂ ਰਹੀ।
ਇਸ ਉਪਰੰਤ ਜੇਤੂ ਖਿਡਾਰੀਆਂ ਨੂੰ ਵਾਸਲ ਐਜੂਕੇਸ਼ਨ ਗਰੁੱਪ ਦੁਆਰਾ ਇਨਾਮ ਤਕਸੀਮ ਕੀਤੇ ਗਏ, ਜਿਸ ਲਈ ਕ੍ਰਿਕਟਰ ਸਰਦਾਰ ਹਰਭਜਨ ਸਿੰਘ ਦਾ ਪਰਿਵਾਰ, ਅੰਤਰਰਾਸ਼ਟਰੀ ਖ੍ਯਾਤੀ ਪ੍ਰਾਪਤ ਪਹਿਲਵਾਨ ਦ ਗ੍ਰੇਟ ਖਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪੂਰੇ ਟੂਰਨਾਮੈਂਟ ਨੂੰ ਆਯੋਜਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਾਸਲ ਐਜੂਕੇਸ਼ਨਲ ਗਰੁੱਪ ਦੇ CEO ਰਾਘਵ ਵਾਸਲ ਸਨ, ਜਿਨ੍ਹਾਂ ਨਾਲ ਸਾਡੀ ਟੀਮ ਵੱਲੋਂ ਇੱਕ ਖਾਸ ਗੱਲਬਾਤ ਕੀਤੀ ਗਈ, ਜਿਨ੍ਹਾਂ ਸਾਡੀ ਟੀਮ ਨੂੰ ਦੱਸਿਆ ਕਿ ਜਿਹੜਾ ਟੂਰਨਾਮੈਂਟ ਸੀਗਾ ਉਹ ਹਰਭਜਨ ਜੀ ਦੇ ਫਾਦਰ ਦੇ ਨਾਂ 'ਤੇ, ਸਰਦਾਰ ਸਰਦੇਵ ਸਿੰਘ ਜੀ ਦੇ ਨਾਂ 'ਤੇ ਇਹ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਆਪਾਂ ਰੱਖਿਆ ਸੀਗਾ। ਇਹ ਇੱਕ ਜੁਆਇੰਟ ਵੈਂਚਰ ਸੀਗਾ, ਸਪੋਰਟ ਸੀਗੀ ਹਰਭਜਨ ਜੀ ਦੀ ਸਾਈਡ ਤੋਂ ਅਤੇ ਨਾਲ ਸਾਡੇ ਚੇਅਰਮੈਨ ਮਿਸਟਰ ਸੰਜੀਵ ਕੁਮਾਰ ਵਾਸਲ, ਦੋਨਾਂ ਨੇ ਇਕੱਠੇ ਮਿਲ ਕੇ ਇਹ ਸੋਚਿਆ ਕਿ ਇਸ ਇਲਾਕੇ ਨੂੰ ਸਪੋਰਟਸ ਪ੍ਰਮੋਟ ਕਰਨ ਦੀ ਬਹੁਤ ਜ਼ਰੂਰਤ ਹੈ, ਅਤੇ ਇਸ ਕਰਕੇ ਇਸ ਚੀਜ਼ ਨੂੰ ਮੱਦੇ ਰੱਖਦੇ ਹੋਏ ਆਪਾਂ ਇਸ ਟੂਰਨਾਮੈਂਟ ਨੂੰ ਲਾਂਚ ਕੀਤਾ। ਸਾਡੇ ਟੂਰਨਾਮੈਂਟ ਦਾ ਮੇਨ ਚੈਲੇਂਜ ਇਹੀ ਸੀਗਾ ਕਿ ਅਗਰ ਆਪਾਂ ਪੰਜਾਬ ਦੇ ਬੱਚਿਆਂ ਨੂੰ ਐਕਸਪੋਜ਼ਰ ਦੇਣਾ ਤਾਂ ਆਪਾਂ ਵਧੀਆ ਤੋਂ ਵਧੀਆ ਟੀਮਸ ਪੂਰੇ ਨੇਸ਼ਨ ਤੋਂ ਲੈ ਕੇ ਆਈਏ। ਉਸ ਤੋਂ ਬਾਅਦ ਸਿੱਧੂ ਜੀ ਨੇ ਐਫਰਟ ਕੀਤਾ, ਜੋ ਹਰਭਜਨ ਜੀ ਦੇ ਨਾਲ ਵਰਕ ਕਰਦੇ ਨੇ, ਨਾਲ ਉਹਨਾਂ ਦੇ ਰਾਈਟ ਹੈਂਡ ਨੇ। ਆਪਾਂ ਫਿਰ ਮਹਿੰਦਰ ਸਿੰਘ ਧੋਨੀ ਜੀ ਦੀ, ਯੁਵਰਾਜ ਸਿੰਘ ਜੀ ਦੀ, ਆਸ਼ੀਸ਼ ਨਹਿਰਾ ਜੀ ਦੀ, ਵਰਿੰਦਰ ਸਹਿਵਾਗ ਜੀ ਦੀ, ਆਸ਼ੀਸ਼ ਨਹਿਰਾ ਜੀ ਦੀ, ਯੁਵਰਾਜ ਸਿੰਘ ਜੀ ਦੀ, ਰਤਿੰਦਰ ਸੋਢੀ ਜੀ ਦੀ ਟੀਮ ਨੂੰ ਆਪਾਂ ਇਨਵਾਈਟ ਕੀਤਾ, ਨਾਲ ਆਪਾਂ ਟੂਰਨਾਮੈਂਟ ਸਟਾਰਟ ਕੀਤਾ। ਇਸ ਟੂਰਨਾਮੈਂਟ ਵਿੱਚ 3 ਮੈਚਸ ਹਰ ਟੀਮ ਨੂੰ ਖੇਡਣ ਵਾਸਤੇ ਦਿੱਤੇ ਸੀਗੇ, ਇੱਕ ਇਹ ਲੀਗ ਮੈਚਸ ਸੀਗੇ, ਗਰੁੱਪ ਏ ਅਤੇ ਗਰੁੱਪ ਬੀ ਵਿੱਚ ਡਿਵਾਈਡ ਕੀਤੇ ਗਏ ਸੀਗੇ। ਟੋਟਲ 8 ਟੀਮ ਸੀਗੀ, ਜਿਹੜਾ ਵਿਨਿੰਗ ਅਮਾਊਂਟ ਹੈ ਉਹ ₹2 lakh ਐਂਡ ਜਿਹੜਾ ਰਨਰ ਅਪ ਸੀਗਾ ਉਹ ₹1 lakh ਹੈ। ਨਾਲ ਕ੍ਰਿਕਟ ਦੀ ਕਿੱਟਸ ਵੀ ਦਿੱਤੀ ਗਈਆਂ, ਜੋ ਮੈਨ ਆਫ ਦਾ ਟੂਰਨਾਮੈਂਟ ਸੀਗੇ, ਨਾਲ ਬੈਸਟ ਬੈਟਸਮੈਨ ਰਹੇ ਸੀਗੇ, ਬੈਸਟ ਬੋਲਰਸ ਰਹੇ ਸੀਗੇ, ਸਾਰਿਆਂ ਨੂੰ ਇਕੁਇਵੈਲੈਂਟ ਅਵਾਰਡਸ ਜਿਹੜੇ ਸੀਗੇ ਉਹ ਦਿੱਤੇ ਗਏ ਸੀਗੇ। ਅੱਜ ਦਾ ਜਿਹੜਾ ਫਾਈਨਲ ਮੈਚ ਸੀਗਾ ਉਹ 'ਚ ਆਸ਼ੀਸ਼ ਨਹਿਰਾ ਟੀਮ ਨੇ ਬਹੁਤ ਵਧੀਆ ਪਰਫੋਰਮ ਕੀਤਾ ਅਤੇ ਉਹ ਅੱਜ ਦੇ ਵਿਨਰਸ ਰਹੇ, ਅਤੇ ਅੱਜ ਉਹਨਾਂ ਨੂੰ ਜਿਹੜੀ ਟੀਮ ਦਿੱਲੀਓ ਸਪੈਸ਼ਲੀ ਆਈ ਸੀਗੀ ਉਹਨਾਂ ਨੂੰ ₹2 lakh ਹੈਂਡ ਓਵਰ ਕਰ ਦਿੱਤੇ। ਦੂਜੀ ਜਿਹੜੀ ਹਰਭਜਨ ਜੀ ਦੀ ਅਕੈਡਮੀ ਦੀ ਟੀਮ ਨਾਲ ਸਾਡੇ ਸਕੂਲ ਦੀ ਟੀਮ ਸੀਗੀ CIS ਫਗਵਾੜਾ, ਉਹਨਾਂ ਨੂੰ ₹1 lakh ਦਾ ਇਨਾਮ ਦਿੱਤਾ ਗਿਆ। ਸਾਰੇ ਬੱਚੇ ਜਿੰਨੇ ਵੀ ਆਏ ਸੀਗੇ ਇਹਨਾਂ ਨੂੰ ਮੋਰਨਿੰਗ ਬ੍ਰੇਕਫਾਸਟ, ਲੰਚ, ਡਿਨਰ ਸਾਡੇ ਵੱਲੋਂ ਪ੍ਰੋਵਾਈਡਿਡ ਸੀਗਾ, ਨਾਲ 4-star ਹੋਟੇਲ ਵਿੱਚ ਸਟੇ ਵੀ ਦਿੱਤਾ ਗਿਆ ਸੀਗਾ।
ਇਹ ਸਾਡੀ ਮੁਹਿੰਮ ਹੈ ਜੋ ਆਪਾਂ ਸਟਾਰਟ ਕੀਤੀ ਹੈ, ਆਪਾਂ ਹਰ ਸਾਲ ਇਹਨੂੰ ਕਰਦੇ ਰਹਾਂਗੇ, ਨਾਲ ਇਹਦੇ ਜਿਹੜੇ ਅਵਾਰਡਸ ਨੇ ਉਹ ਵੀ ਆਪਾਂ ਦਿਨ ਬਰ ਦਿਨ ਬੈਟਰ ਕਰਦੇ ਰਹਾਂਗੇ ਤਾਂ ਕਿ ਆਪਾਂ ਪੂਰੇ ਪੰਜਾਬ 'ਚ ਸਪੋਰਟਸ ਨੂੰ ਪ੍ਰਮੋਟ ਕਰਦੇ ਰਹੀਏ। ਆਪਾਂ ਦੇਖਿਆ ਹੈ ਕਿ ਹਰ ਜਗ੍ਹਾ ਅਕੈਡਮਿਕਸ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ, ਮਗਰ ਸਪੋਰਟਸ ਨੂੰ ਵੀ ਮਹੱਤਵ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਹਰ ਬੱਚੇ ਦੀ ਹੈਲਥ ਅਤੇ ਫਿਟਨੈਸ ਨਾਲ ਵੀ ਰਿਲੇਟਡ ਹੈ, ਨਾਲ ਹਰ ਬੱਚੇ ਨੂੰ ਇੱਕ ਅਲੱਗ ਤਰ੍ਹਾਂ ਦੀ ਗਰੋਥ ਦਿੱਤੀ ਜਾਂਦੀ ਹੈ। ਇਸ ਕਰਕੇ ਸਾਡੇ ਜਿੰਨੇ ਵੀ ਸਾਰੇ ਸਕੂਲ 'ਚ ਨੇ, CIS ਦਸੂਆ, ਕੇਮਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਆ, ਕੇਮਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ, ਕੇਮਬ੍ਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ, ਨਾਲ IV ਵਰਲਡ ਸਕੂਲ ਵਿੱਚ ਸਪੋਰਟਸ ਨੂੰ ਪ੍ਰਮੋਟ ਕਰਨ ਵਾਸਤੇ, ਆਪਣੇ ਬੱਚਿਆਂ ਨੂੰ ਇੱਕ ਨੈਸ਼ਨਲ ਲੈਵਲ ਦਾ ਐਕਸਪੋਜ਼ਰ ਦੇਣ ਵਾਸਤੇ ਇਹ ਟੂਰਨਾਮੈਂਟ ਕਰਾਇਆ ਹੈਗਾ। ਆਪਾਂ ਨਾਲ ਆਪਾਂ ਇਹਨੂੰ ਦਿਨ ਬਰ ਦਿਨ ਕਰਦੇ ਰਹਾਂਗੇ, ਤੁਹਾਡੇ ਸਾਰੇ ਬੱਚਿਆਂ ਨੂੰ ਇੱਕ ਐਕਸਪੋਜ਼ਰ ਮਿਲਦਾ ਰਹੇ। ਇਸ ਪ੍ਰਕਾਰ ਇਹ ਟੂਰਨਾਮੈਂਟ ਯਾਦਗਾਰੀ ਹੋਣ ਨਿਬੜਿਆ। ਇਹ ਸੀ ਕੈਮਰਾਮੈਨ ਨੀਲ ਕਮਲ ਦੇ ਨਾਲ ਸੰਜੀਵ ਕੁਮਾਰ ਦੀ ਵਿਸ਼ੇਸ਼ ਰਿਪੋਰਟ।